ਵੈਲਕਮ ਜਿੰਦਰ ਉੱਥੇ ਨਾ ਇੱਕ ਮੁੰਡੇ ਨੇ ਮੈਨੂੰ ਦੱਸਿਆ ਆਪਾਂ ਪਹੁੰਚ ਗਏ ਮੈਲਬਨ ਏਅਰਪੋਰਟ ਪਟਾਟੇ ਲੈਵਨ ਆਟੇ ਜਿੱਥੇ ਅਸੀਂ ਆਏ ਹਾਂ ਇੱਥੇ ਕਾਫੀ ਹੈ ਨੀ ਤੇ ਆਮਲੀ ਨੂੰ ਤੋੜ ਲੱਗ ਰਹੀ ਹੈ ਆਮਲੀ ਨੂੰ ਤੋੜ ਲੱਗ ਰਹੀ ਹੈ ਕਹਿੰਦੇ ਮੈਨੂੰ ਜਿੱਥੋਂ ਮਰਜ਼ੀ ਲਿਆ ਕੇ ਦਿਓ ਜੇ ਬਾਹਰੋਂ ਜਾ ਕੇ ਲਿਆ ਕੇ ਦਿਓ ਉਹ ਗਿੰਨੂ ਯਾਰ ਫੇਰ ਪੀ ਲਾਂਗੇ ਬਾਅਦ ਚ ਪਹਿਲਾਂ ਖਾ ਨਹੀਂ ਹੁਣੇ ਫਿਰ ਮੈਂ ਜ਼ਿਆਦਾ ਲੇਟ ਹੋ ਜੂ ਆਲਰੇਡੀ 4 4:30 ਤੈਨੂੰ ਡੀਕੈਫ ਪਿਲਾ ਦੂੰਗਾ ਨਹੀਂ ਡੀਕੈਫ ਨਹੀਂ ਓਏ ਡਰਿੰਕਸ 3:30 ਆ ਗਏ ਸਾਡਾ ਇੱਕ ਬੰਦਾ ਆਮਲੀ ਆ ਜਿਹੜਾ ਉਹ ਬਾਰੇ ਕਾਫੀ ਲੈਣ ਗਿਆ ਆਮਲੀ ਨੂੰ ਕਾਫੀ ਨਹੀਂ ਮਿਲੀ ਚਲਾਤੀ ਰੋਟੀ ਵਾਂਗੂ ਕਰਨ ਵੀ ਲਾ ਲੈਣੇ ਜੀਰਾ ਆਲੂ ਖਾਣ ਲੱਗਦੀ ਹੈ ਨਾ ਸਬਜ਼ੀ ਨਾ ਲੈਣ ਲੱਗ ਰਹੀ ਆ ਸੋ ਮੋਸਟਲੀ ਸਾਰੇ ਇਹ ਫੇਸ ਜ਼ਰੂਰ ਕਰਦੇ ਨੇ ਜਦੋਂ ਉਹਨਾਂ ਦੇ ਮੂੰਹ ਤੇ ਪਿੰਪਲਸ ਹੋ ਜਾਂਦੇ ਆ ਪਿੰਪਲਸ ਤਾਂ ਚਲੇ ਜਾਂਦੇ ਆ ਬਟ ਉਹ ਜ਼ਿੱਦੀ ਦਾਗ ਧੱਬੇ ਜਿਹੜੇ ਆਪਣੇ ਫੇਸ ਦੇ ਉੱਪਰ ਰਹਿ ਜਾਂਦੇ ਨੇ ਉਹ ਕਈ ਵਾਰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਸਨ ਐਕਸਪੋਜਰ ਜਾਂ ਫਿਰ ਹਾਰਮੋਨਲ ਚੇਂਜਸ ਕਰਕੇ ਵੀ ਆਪਣੇ ਮੂੰਹ ਦੇ ਉੱਪਰ ਕਾਫੀ ਦਾਗ ਧੱਬੇ ਜਿਹੇ ਹੋ ਜਾਂਦੇ ਨੇ ਜਿਹੜੇ ਕਿ ਕਈ ਵਾਰ ਆਪਾਂ ਨੂੰ ਬਹੁਤ ਪਰੇਸ਼ਾਨ ਕਰਦੇ ਨੇ ਐਂਡ ਆਪਾਂ ਨੂੰ ਹੁੰਦਾ ਕਿ ਇਹ ਛੇਤੀ ਛੇਤੀ ਆਪਣੇ ਫੇਸ ਦੇ ਉੱਪਰੋਂ ਹਟ ਜਾਣ ਸੋ ਟੈਨਸ਼ਨ ਬਿਲਕੁਲ ਨਾ ਲਓ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਪਰਫੈਕਟ ਸੋਲਿਊਸ਼ਨ ਜੋ ਕਿ ਹੈ ਹਿਮਾਲਿਆ ਦਾ ਡਾਰਕ ਸਪੋਟ ਕਲੀਅਰਿੰਗ ਟਰਮਰਿਕ ਫੇਸ ਸੀਰਮ ਇਹਦੇ ਨਾਲ ਤੁਹਾਡੇ ਫੇਸ ਦੇ ਉੱਪਰ ਸਾਰੇ ਦਾਗ ਧੱਬੇ ਛੇਤੀ ਚਲੇ ਜਾਂਦੇ ਆ ਸੋ ਇਹ ਫੇਸ ਸੀਰਮ ਬਣਿਆ 100% ਔਰਗੈਨਿਕਲੀ ਸੋਰਸਡ ਟਰਮਰਿਕ ਨਾਲ ਆਲਸੋ ਇਹਦੇ ਵਿੱਚ 10% ਗਲਾਈਕੋਲਿਕ ਐਸਿਡ ਆ ਐਂਡ 2% ਨਾਇਸਿਨਮਾਈਡ ਆ ਸੋ ਇਟ ਕੰਬਾਈਨਸ ਬੈਸਟ ਆਫ ਬੋਥ ਨੇਚਰ ਐਂਡ ਸਾਇੰਸ ਤਾਂ ਕਿ ਤੁਹਾਨੂੰ ਆਪਣੀ ਡ੍ਰੀਮੀ ਸਕਿਨ ਮਿਲ ਸਕੇ ਵਿਦ ਹਿਮਾਲਿਆ ਸਵਾ ਰਸਾ ਟਰਮਰਿਕ ਇਹ ਸੀਰਮ ਤੁਹਾਡੀ ਸਕਿਨ ਦਾ ਨਵਾਂ ਬੈਸਟ ਫਰੈਂਡ ਹੈ ਸੋ ਇਹ ਸੀਰਮ ਤੁਹਾਡੇ ਡਾਰਕ ਸਪੋਟਸ ਨੂੰ ਤਾਂ ਵਿਜੀਬਲੀ ਘੱਟ ਕਰਦਾ ਹੀ ਆ ਤੁਹਾਡੀ ਸਕਿਨ ਦੇ ਉੱਪਰ ਜਿਹੜੀ ਡਲਨੈਸ ਹੁੰਦੀ ਆ ਉਹਨੂੰ ਵੀ ਇਹ ਦੂਰ ਕਰਦਾ ਆ ਪਲੱਸ ਤੁਹਾਡੀ ਸਕਿਨ ਦੀ ਰੇਡੀਅੰਸ ਨੂੰ ਵੀ ਬੂਸਟ ਕਰਦਾ ਵਿਦ ਦ ਪਾਵਰ ਆਫ 100 times ਟਰਮਰਿਕ ਐਕਸਟ੍ਰੈਕਟ ਸੋ ਹਿਮਾਲਿਆ ਦਾ ਡਾਰਕ ਸਪੋਟ ਕਲੀਅਰਿੰਗ ਟਰਮਰਿਕ ਫੇਸ ਸੀਰਮ ਕ੍ਰਾਫਟ ਕੀਤਾ ਗਿਆ ਵਿਦ ਸਵਾ ਰਸਾ ਕੋਲਡ ਪ੍ਰੈਸਡ ਐਕਸਟ੍ਰੈਕਸ਼ਨ ਜਿੱਥੇ ਟਰਮਰਿਕ ਦੇ ਐਕਟਿਵਸ ਨੂੰ ਪ੍ਰਿਜ਼ਰਵ ਕੀਤਾ ਜਾਂਦਾ ਆ ਫੋਰ ਮੈਕਸੀਮਮ ਪੋਟੈਂਸੀ ਸੋ ਵਿਦ ਦ ਫਿਊਜ਼ਨ ਆਫ ਸਾਇੰਸ ਐਂਡ ਨੇਚਰ ਕਿਉਂਕਿ ਸਾਇੰਸ ਦੀ ਤਰਫ ਤੋਂ ਇਹਦੇ ਵਿੱਚ ਨਾਇਸਿਨਮਾਈਡ ਐਂਡ ਗਲਾਈਕੋਲਿਕ ਐਸਿਡ ਹੈ ਐਂਡ ਫਰੋਮ ਨੇਚਰ ਇਹਦੇ ਵਿੱਚ ਟਰਮਰਿਕ ਐਕਸਟ੍ਰੈਕਟ ਆ ਇਹ ਸੀਰਮ ਤੁਹਾਨੂੰ ਆਫਰ ਕਰਦਾ ਬੈਸਟ ਆਫ ਬੋਥ ਵਰਲਡਸ ਸੋ ਹੁਣ ਤੁਹਾਨੂੰ ਇਸ ਸੀਰਮ ਦੇ ਫਾਇਦੇ ਤਾਂ ਪਤਾ ਲੱਗ ਹੀ ਗਏ ਹੁਣ ਮੈਂ ਤੁਹਾਨੂੰ ਦੱਸ ਦੇ ਕਿ ਤੁਸੀਂ ਇਸ ਨੂੰ ਯੂਜ਼ ਕਿਵੇਂ ਕਰਨਾ ਆ ਸੋ
ਸੋ ਤੁਸੀਂ ਇਹ ਸਿਰਮ ਦੇ 2 ਤੋਂ 3 ਡਰੋਪਸ ਲੈਣੇ ਆਪਣੇ ਹੈਂਡ ਦੇ ਉੱਪਰ ਐਂਡ ਆਪਣੇ ਫੇਸ ਐਂਡ ਨੈਕ 'ਤੇ ਲਗਾਉਣਾ ਆ ਆਫਟਰ ਵਾਸ਼ਿੰਗ ਯੂਅਰ ਫੇਸ ਐਂਡ ਤੁਸੀਂ ਇਹਨੂੰ ਟਵਾਈਸ ਅ ਡੇ ਯੂਜ਼ ਕਰ ਸਕਦੇ ਹੋ। ਸੋ ਹਿਮਾਲਿਆ ਦਾ ਡਾਰਕ ਸਪੋਟ ਕਲੀਅਰਿੰਗ ਟਰਮਰਿਕ ਫੇਸ ਸਿਰਮ ਤੁਹਾਨੂੰ ਮਿਲ ਜੂਗਾ ਨਾਇਕਾ, ਐਮਾਜ਼ੋਨ, ਫਲਿੱਪਕਾਰਟ ਤੋਂ, ਆਲਸੋ ਇਹਨਾਂ ਦੀ ਵੈਬਸਾਈਟ ਤੋਂ ਵੀ। ਐਂਡ ਗੁੱਡ ਨਿਊਜ਼ ਇਹ ਆ ਕਿ ਅਗਰ ਤੁਸੀਂ ਅੱਜ ਇਹ ਪ੍ਰੋਡਕਟ ਬਾਏ ਕਰਦੇ ਹੋ, ਚੈੱਕਆਊਟ ਕਰਦੇ ਹੋ ਇਸ ਪ੍ਰੋਡਕਟ ਨਾਲ, ਤੁਹਾਨੂੰ ਮਿਲੂਗਾ ਫਲੈਟ 30% ਡਿਸਕਾਊਂਟ। ਸੋ ਅੱਜ ਜਾਓ ਅਤੇ ਸ਼ੋਪ ਕਰੋ, ਇੰਪ੍ਰੈਸ ਯੂਅਰ ਨੈਚੁਰਲ ਗਲੋ। ਬਾਏ ਬਾਏ ਬੋਲੋ ਡਾਰਕ ਸਪੋਟਸ ਨੂੰ, ਹਾਏ ਹਾਏ ਬੋਲੋ ਰੇਡੀਐਂਟ ਈਵਨ ਟੋਨ ਸਕਿਨ ਨੂੰ ਵਿਦ ਹਿਮਾਲਿਆ ਡਾਰਕ ਸਪੋਟ ਕਲੀਅਰਿੰਗ ਟਰਮਰਿਕ ਫੇਸ ਸਿਰਮ। ਟਰਾਈ ਕਰੋ ਆਪਣੇ ਆਪ ਟੂਡੇ ਐਂਡ ਸੀ ਦ ਮੈਜਿਕ ਹੈਪਨ। ਹਾਂਜੀ ਫਿਰ ਗਿੰਨੂਪ੍ਰੀਤ ਜੀ, ਰੈਡੀ ਆਈਫੋਨ ਲੈਣ ਲਈ? ਮਿਲ ਜੂਗਾ ਅੱਜ, ਹੋਪਫੁਲੀ। ਲੈਟਸ ਸੀ, ਹੁਣ ਤਾਂ ਕਾਫੀ ਦਿਨ ਹੋ ਗਏ ਫੋਨ ਹੀ ਨਹੀਂ ਮਿਲਣ ਜਾ ਰਿਹਾ। ਜੇ ਨਾ ਪਲੱਸ ਮਿਲ ਰਿਹਾ ਐਂ ਕਰਦੇ ਆ ਆਪਾਂ ਜਾ ਕੇ ਉੱਥੇ ਗੱਲ ਕਰਦੇ ਆ, ਜੇ ਤਾਂ ਮਿਲ ਗਿਆ ਠੀਕ ਆ, ਨਹੀਂ ਅੱਜ ਹੀ ਆਨਲਾਈਨ ਆਰਡਰ ਕਰ ਦਾਂਗੇ। ਐਟਲੀਸਟ ਆ ਤਾਂ ਜਾਵੇ, ਕਿਤੇ ਨਾ ਹੋਵੇ ਵੀ ਆਪਾਂ ਇੰਡੀਆ ਜਾਣ ਦਾ ਟਾਈਮ ਆ ਜਾਵੇ, ਫੋਨ ਹੀ ਨਾ ਹੋਵੇ। ਸਹੀ ਗੱਲ ਆ, ਨਾਲੇ ਆਪਾਂ ਉੱਥੇ ਆ ਕੇ ਅੱਜ ਕੰਪੇਅਰ ਕਰਕੇ ਦੇਖਦੇ ਆ ਕਿਹੜਾ ਸਹੀ ਆ। ਕੰਪੇਅਰ ਕੰਪੋਰ ਨਹੀਂ ਲੈਣਾ ਤਾਂ ਹੈਗਾ ਹੀ ਆ ਹੁਣ। ਨਹੀਂ ਕਿਨੂੰ, ਲਾਸਟ ਟਾਈਮ ਜਿਵੇਂ ਆਪਾਂ ਨੂੰ 15 ਪ੍ਰੋ ਮੈਕਸ ਆਪਾਂ ਲੈ ਤਾਂ ਆਏ ਸੀਗੇ, ਆਪਾਂ ਨੂੰ ਸਹੀ ਨਹੀਂ ਲੱਗਿਆ ਸੀਗਾ। ਪਰ ਇਹ ਤਾਂ ਹੁਣ ਮੈਂ ਲੈਣਾ ਹੀ ਪਊਗਾ, ਮੈਂ 13 ਤੋਂ ਚੇਂਜ ਹੋਣ ਵਾਲਾ। ਓਕੇ, ਉਧਰ ਪਿੱਛੇ ਦੇਖ ਰਿਹਾ ਬੰਦਾ, ਇਹ ਐ ਲੱਗਦੇ ਆ ਬੀਬੀ ਦੇ ਸੰਦੂਕ ਚੋਂ ਕੱਢਿਆ ਹੁੰਦਾ। ਮੈਂ ਕਿਤੇ ਪ੍ਰੈਸ ਕਰਕੇ ਪਾਉਗੀ, ਕਹਿੰਦੇ ਅੱਜ ਮੈਂ ਹੀ ਪਾਉਂਗੀ, ਮੈਂ ਠੀਕ ਆ ਕੱਢ ਕੇ ਪ੍ਰੈਸ ਕਰਕੇ ਪਾਉਗੀ। ਤੇਰਾ ਹੀ ਲਾ ਰੱਖਿਆ 120 ਕਿਲੋ ਵੇਟ ਹੋਰ ਲੈ ਹੈਲਦੀ ਆ। ਇੱਕ ਮਿੰਟ, 54 ਚੱਲੀਏ ਮੈਡਮ ਜੀ, ਹੁਣ ਹੋਰ ਵੀ ਦੱਸ ਦੇ ਆਪਾਂ ਕਿੱਥੇ ਚੱਲੇ ਅੱਜ। ਸੋ ਅੱਜ ਆਪਾਂ ਚੱਲੇ ਆ ਜਿਹੜੇ ਸਾਡੇ ਫਰੈਂਡ ਆ ਕਿਰਨ, ਉਹਨਾਂ ਦੇ ਘਰ, ਕਿਉਂਕਿ ਉਹਨਾਂ ਦੇ ਘਰ ਹੋਈ ਆ ਬੇਬੀ ਗਰਲ, ਤੇ 2 ਮਹੀਨੇ ਹੋ ਗਏ ਅਸੀਂ ਉੱਥੇ ਸੀਗੇ ਤਾਂ ਅਸੀਂ ਜਾ ਨਹੀਂ ਪਾਏ। ਸੋ ਹੁਣ ਅੱਜ ਜਾ ਰਹੇ ਹਾਂ ਉਹਨੂੰ ਮਿਲਣ, ਛੋਟੀ ਜਿਹੀ ਬੇਬੀ ਨੂੰ। ਆਪਾਂ ਪਹੁੰਚ ਗਏ 16 ਪ੍ਰੋ ਮੈਕਸ ਲੈਣ, 1 TV। ਲੈਟਸ ਸੀ ਕਿ ਫੋਨ ਮਿਲਦਾ ਕਿ ਨਹੀਂ। ਇਹ ਨਹੀਂ ਕਲਰ ਚਾਹੀਦਾ, ਆਹ ਕਲਰ ਨਹੀਂ ਚਾਹੀਦਾ, ਇਹ 15 ਪ੍ਰੋ ਮੈਕਸ ਵਾਲਾ ਡੈਜ਼ਰਟ ਗੋਲਡ ਚਾਹੀਦਾ ਕੁੜੀ ਨੂੰ, ਡੈਜ਼ਰਟ ਗੋਲਡ ਇਹ ਵਾਲਾ ਡੈਜ਼ਰਟ ਗੋਲਡ। ਜ਼ਿਆਦੇ ਨਾ ਖਿੱਚ, ਲਹਿਰਮ ਬਾਜੂ ਇਹੀ ਹੈ। ਕੈਮਰਾ ਬਟਨ ਇੱਥੇ ਸਿੱਧਾ ਕੈਮਰਾ ਖੋਲਦਾ, ਹੋਵੇ ਚਾਹੇ ਨਾ ਹੋਵੇ ਮੈਂ ਤਾਂ ਲੈਣਾ। ਤੂੰ ਮੰਨ ਲਾ ਮੇਰੀ ਗੱਲ ਨਾ ਲਾ, ਪੈਸੇ ਕੋਈ ਫਾਇਦਾ ਨੀ, $3000 ਬਚਾਲਾ ਜੀ ਬਚਦਾ, ਤੇ ਲੈਣਾ ਵੀ ਇੱਕ TV ਆ, $3000 ਵਾਂਗੂ ਹੀ ਪੈਣਾ, $2900 ਦਾ। ਚੱਲ 13 ਚ ਫਰਕ ਦੇਖੀ ਆ ਜਾ, 13 ਚ ਫਰਕ ਦੇਖਾਵਾ।
ਮੇਰੇ ਵਾਲੇ ਚ ਤਾਂ ਫਰਕ ਹੈ, ਤੇਰੇ ਵਾਲੇ ਚ ਫਰਕ ਹੈ। ਸਾਨੂੰ ਕਹਿੰਦੇ ਤੁਸੀਂ ਵੇਟ ਕਰੋ, ਮਿਡ ਅਕਤੂਬਰ ਚ ਤੁਹਾਨੂੰ ਫੋਨ ਮਿਲ ਜੂਗਾ ਜੇ ਤੁਸੀਂ ਆਨਲਾਈਨ ਆਰਡਰ ਕਰਦੇ। ਇਨ ਸਟੋਰ ਤਾਂ ਅਵੇਲੇਬਲ ਹੀ ਨਹੀਂ ਹੈਗਾ, ਜਾਂ ਸਾਡੀ ਵੈਬਸਾਈਟ ਡੇਲੀ ਚੈੱਕ ਕਰਦੇ ਰਹੋ, ਵਿੱਚ ਦੀ ਆ ਜਾਂਦਾ ਕਈ ਵਾਰੀ। ਅਤੇ ਮਿਡ ਅਕਤੂਬਰ ਤੱਕ ਤਾਂ ਅਸੀਂ ਇੰਡੀਆ ਚਲ ਜਾਣਾ, ਸੋ ਇਹਦਾ ਕੋਈ ਫਾਇਦਾ ਨਹੀਂ ਹੋਣਾ। ਪਤਾ ਨਹੀਂ ਮਿਲੂਗਾ। ਉੱਥੇ ਨਾ ਇੱਕ ਮੁੰਡੇ ਨੇ ਮੈਨੂੰ ਦੱਸਿਆ, ਉਹ ਕਹਿੰਦੇ ਜੇ ਬੀ ਹਾਈਫਾਈ ਤੋਂ ਆਰਡਰ ਕਰ ਲਿਓ ਵੀ ਉਹ ਛੇਤੀ ਦੇ ਦਿੰਦੇ ਆ ਫੋਨ, ਉਹ 4 ਅਕਤੂਬਰ ਤੱਕ ਦੇ ਦੇਣਗੇ। ਸੋ ਇਟਸ ਬੈਟਰ ਹੈ ਨਾ ਆਪਾਂ ਉੱਥੋਂ ਆਰਡਰ ਕਰ ਲਈਏ। ਇੰਦਰ ਕਹਿੰਦੇ ਮੈਂ ਬੋਡੀ ਸ਼ੋਪ ਤੋਂ ਕਰੀਮ ਲੈਣੀ ਆ, ਕੋਈ ਕਿਹੜੀ ਕਰੀਮ ਲੈਣੀ ਆ? ਵਧੀਆ ਹੁੰਦੀ ਆ, ਸਾਰੇ ਨੈਚੁਰਲ ਚੀਜ਼ਾਂ ਨਾਲ ਬਣਾਉਂਦੇ ਆ ਨਾ। ਜਦ ਮੈਂ ਲੈਂਦੀ ਸੀ ਉਹ ਤਾਂ ਵਧੀਆ ਨਹੀਂ ਸੀ। ਮੈਂ ਤਾਂ ਕਦੇ ਨਹੀਂ ਕਿਹਾ ਬੋਡੀ ਸ਼ੋਪ ਤੋਂ ਨਹੀਂ ਕਰੀਮ ਲਿਆ, ਉਹ ਤਾਂ ਦੂਜੇ ਬ੍ਰਾਂਡਾਂ ਦਾ ਕਹਿਣਾ, ਉਹਨਾਂ ਦੇ ਕੈਮੀਕਲ ਯੂਜ਼ ਕਰਦੇ। ਓਕੇ ਓਕੇ ਠੀਕ ਹੈ। ਮੋਇਸਚਰਾਈਜ਼ਰ ਤਾਂ ਲੱਭ ਗਿਆ, ਬਟ ਮੈਨੂੰ ਇਦਾਂ ਦੇ ਚ ਚਾਹੀਦਾ ਸੀਗਾ। ਇਦਾਂ ਦੇ ਚ ਨਹੀਂ ਆਉਂਦਾ ਮੋਇਸਚਰਾਈਜ਼ਰ, ਇਦਾਂ ਹੀ ਆਉਂਦਾ ਪਿਆ ਦਾ ਨਹੀਂ ਸੀ ਪਾ, ਇਹ ਤਾਂ ਬਹੁਤ ਮਹਿੰਗਾ ਪੈਂਦਾ ਨਹੀਂ ਸੀ ਪਾ। ਹਾਂਜੀ ਇਹ ਸੌਪ ਉਹ ਵੀ ਨੇਚਰਲ ਚਾਹੀਦਾ। ਜਿੰਜਰ ਕੰਡੀਸ਼ਨਰ ਜਮਾਇਕਾ ਬਲੈਕ ਕਾਸਟਰ ਆਇਲ ਸਾਰੀ ਦੁਕਾਨ ਦਾ ਮੋਇਨਾ ਕਰਨਾ ਹੋਰ ਵੀ ਕੁਛ ਲੈ ਲਈ ਨਹੀਂ ਅੰਦਰ ਬਸ ਕਰੋ। ਇਹਨਾਂ ਨੇ ਮੈਨੂੰ ਵੱਡਾ ਚੇਪ ਤਾਂ 110 ਦਾ, ਮੈਂ ਤਾਂ ਆਹ ਵਾਲਾ ਲੈ ਲੈਣਾ $20 ਦਾ। ਐਡਾ ਕੁ ਮੋਇਸਚਰਾਈਜ਼ਰੀ ਚ ਬਹੁਤ ਹੈ ਸਾਰੇ, ਇੰਨਾ ਕੁ ਮੁੱਕਦਾ ਨਹੀਂ। ਮੈਂ ਤਾਂ ਸਾਰੇ, ਫਿਰ ਤੁਸੀਂ ਇਹ ਲਿਆਓ, ਲਾਣਾ ਵੀ ਤਾਂ ਗੱਲਾਂ ਗੱਲਾਂ ਦਿੰਦਾ ਤੁਸੀਂ, ਬਾਕੀ ਮਤਾ ਟੱਗਿਆ ਪਿਆ ਦਾੜੀ ਨਾ, ਉਹ ਰਹਿਣ ਦੋ ਸੈੱਟ, ਕਿਉਂਕਿ ਉਹਦਾ ਫਾਇਦਾ ਨਹੀਂ। ਤੁਸੀਂ ਸਿਰਮ ਵੀ ਲਾਉਣਾ ਨਹੀਂ, ਵਿਟਾਮਿਨ ਸੀ ਸਿਰਮ ਮੇਰੇ ਕੋਲ ਘਰੇ ਪਿਆ ਵੀ ਆ, ਖਤਮ ਹੋ ਗਿਆ। ਇਹਨਾਂ ਨੂੰ ਹੋਇਆ ਕੀ ਆ? ਨਹੀਂ ਟੂਥਪੇਸਟ ਨੈਚੁਰਲ ਯੂਜ਼ ਕਰਨਾ ਚਾਹੀਦਾ। ਬ੍ਰਾਂਡ ਐਂਬੈਸਡਰ ਬਣਨਾ ਸਾਰਿਆਂ ਨੇ, ਇਹ ਸ਼ਾਪ ਦੀ ਪ੍ਰੋਡਕਟ ਇਕੱਠੇ ਕਰੀ ਜਾਂਦੇ ਆ। ਮੈਂ ਯੂਜ਼ ਕਰਕੇ ਦੇਖੂਗਾ, ਮੈਂ ਹੁਣ ਬੋਡੀ ਸ਼ਾਪ ਦਾ ਵੀ ਲੈ ਲਈ, ਇਸ ਸ਼ਾਪ ਦਾ ਵੀ ਲੈ ਲਈ, ਮੈਂ ਦੇਖੂਗਾ ਵੀ ਕਿਹੜੇ ਵਧੀਆ ਨੇ। ਚਲੋ ਆ ਜਾਓ ਲੈ ਲਓ। ਇੱਕ ਤਾਂ ਉਹ ਲੈਣੀ ਹੈ ਹੇਅਰ ਜੈਲ ਲੈਣੀ ਆ। ਜੈਲ? ਹੇਅਰ ਜੈਲ ਜੈਲ ਵੀ ਆਂਦੀ ਇਹਨਾਂ ਦੀ? ਜੈਲ ਹੈਗੀ ਆ ਹਾਂ। ਓਕੇ ਚਲੋ, ਵਾਲ ਸੈੱਟ ਕਰਨ ਲਈ ਚਲੋ ਚਲੋ ਮੈਨੇ ਲੈਣਾ ਆ ਟੂਥਪੇਸਟ। ਮੈਨੇ ਸਿੰਕ ਵਗੈਰਾ ਬਣਾ ਰੱਖਿਆ ਹੋਵੇ, ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ ਸਾਰੇ ਪ੍ਰੋਡਕਟ। ਨਹੀਂ ਨਹੀਂ ਰਹਿਣ ਦੋ, ਕਾਹਨੂੰ ਜੂਠੇ ਹੋਣੇ ਕਿਸੇ ਦੇ।
ਸੀਪਾ ਦਾ ਸਾਰਾ ਉਹ ਲੈ ਰਹੇ ਨੇ ਟ੍ਰੀਟਮੈਂਟ ਜੇ ਹੁਣ ਫ੍ਰੀ ਆ ਸਾਰਾ ਕੁਛ ਥੋੜੀ ਕਰਕੇ ਦੇਖਣਾ ਹੇਅਰ ਸੀਰਮ ਵੀ ਹੈ ਹੇਅਰ ਬਾਮ ਵੀ ਹੈ ਆ ਹੇਅਰ ਐਂਡ ਬੀਅਰਡ ਆਇਲ ਤਾਂ ਨਾ ਵੀ ਯੂਜ਼ ਕਰਦਾ ਇਹਨਾਂ ਦਾ ਉਹ ਤਾਂ ਬੈਸਟ ਆ ਕਹਿੰਦਾ ਇਹ ਵੈਸੇ ਨਵੀਂ ਨੇ ਲਾਏ ਆ ਆਪਾਂ ਸਾਰੇ ਨਵੀਂ ਆ ਜਿਹੜਾ ਪਹਿਲਾਂ ਬੰਦਾ ਲਿਆਇਆ ਸੀ ਇਸ ਸ਼ੌਪ ਦੇ ਪ੍ਰੋਡਕਟ ਇਹਨਾਂ ਦਾ ਪਰਫਿਊਮ ਤਾਂ ਬੜਾ ਮਹਿੰਗਾ ਇਹ ਲਾਈ ਲਓ ਯਾਰ $250 ਦਾ ਪਰਫਿਊਮ ਸਮੈਲ ਸੋ ਗੁੱਡ ਨੈਚੁਰਲ ਜਾ ਟੁੱਥਪੇਸਟ ਇਹਨਾਂ ਕੋਲ ਸਭ ਕੁਝ ਮਿਲਦਾ ਅੰਦਰ ਇਹ ਤਾਂ ਸਸਤੇ ਹੀ ਆ ਇਹ ਤਾਂ $20 ਦਾ ਇਹ ਤਾਂ ਵਧੀਆ ਲੱਗ ਰਿਹਾ ਕਾਰਡਮਾ ਮੈਚ ਨਾਈਸ ਨਹੀਂ ਸਹੀ ਆ ਇਹ ਥੋੜੀ ਮਹਿੰਗੀ ਹੈ ਇਹ ਮਤਲਬ $60 ਦੀ ਆ ਬੋ ਸੀਪਾ ਐਨੇ ਪੈਸੇ ਜੈਲ ਤੇ ਲਾਉਂਗੇ ਸੀਪਾ ਮੇਰੀ ਗੱਲ ਸੁਣ ਸੀਪਾ ਜਦੋਂ ਆਪ ਕੁਛ ਲਵੇ ਤਾਂ ਪਿੱਛੇ ਪੈ ਜਾਂਦੇ ਹੋ ਹੁਣ ਜੇ ਆਪ ਲੈ ਰਹੇ ਹੈ ਹੁਣ ਸੀਪਾ ਪਿੱਛੇ ਕਰ ਰਿਹਾ ਤੂੰ ਮੰਨਦੀ ਪਹਿਲਾਂ ਨਾ ਸੀਰੀ ਮੰਨਦੀ ਆ ਕੋਈ ਗੱਲ ਚੱਲ ਠੀਕ ਹੈ ਮੋਇਸਚਰਾਈਜ਼ਰ ਵੀ ਫਿਰ ਇੱਧਰ ਹੀ ਲੈ ਲੈਂਦੇ ਤੁਸੀਂ ਆ ਸਾਰਾ ਸਟਾਕ ਆਪਣੇ ਘਰ ਦੇ ਲੈ ਚੁੱਕੇ ਜਾ ਚੁੱਕੇ ਨੇ ਕਲੀਨਜ਼ਰ ਵਗੈਰਾ ਕਲੀਨਜ਼ਰ ਮੋਇਸਚਰਾਈਜ਼ਰ ਐਵਰੀਥਿੰਗ ਅਮੀਰ ਬੰਦੇ ਨੇ ਇੰਜ਼ ਜਿਹੜੇ ਐਕਨੇ ਹੁੰਦੇ ਆ ਜਿਹਨਾਂ ਸਕਿਨ ਤੇ ਉਹਨਾਂ ਲਈ ਵੀ ਪ੍ਰੋਡਕਟ ਹੈਗੇ ਨੇ ਇਹਨਾਂ ਦੇ ਉਹ ਲੈ ਲੈ ਫਿਰ ਨਹੀਂ ਮੈਂ ਤਾਂ ਕਿਉਂ ਲੈਣਾ ਮੇਰਾ ਤਾਂ ਬੈਠਿਆ ਹੋਇਆ ਸਹੀ ਜ਼ਿੰਕ ਫੇਸ ਆ ਜ਼ਿੰਕ ਵਾਲਾ ਜ਼ਿੰਕ ਫੇਸ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਤੁਹਾਨੂੰ ਪਤਾ ਸੀਪਾ ਮਹਿੰਗਾ ਬਹੁਤ ਹੋਊਗਾ ਸੀਪਾ ਸੀਪਾ ਜੋ ਚੀਜ਼ ਚੱਕਿਓ ਮਹਿੰਗੀ ਆ ਇਹ ਦੇਖ ਰਹੇ ਹੋ ਤੁਸੀਂ ਗਾਈਜ਼ ਪਹਿਲਾਂ ਤਾਂ ਮੈਂ ਬਈ ਇੱਥੇ ਪਹਿਲਾਂ ਮੈਂ ਕੀ ਕੀਤਾ ਮੈਂ ਪਹਿਲਾਂ ਉਹਦੇ ਦੇਖ ਗਿਆ ਉਹਦੇ ਕਿਤੇ ਨਾ ਰੇਟ ਨਹੀਂ ਲਿਖਿਆ ਹੋਇਆ ਇਸ ਸ਼ੌਪ ਦੇ ਅੰਦਰ ਫਿਰ ਮੈਂ ਬਾਹਰ ਗਿਆ ਫਿਰ ਮੈਂ ਬਾਹਰ ਜਾ ਕੇ ਗੂਗਲ ਤੇ ਸਾਰਿਆਂ ਦਾ ਰੇਟ ਚੈੱਕ ਕਰਕੇ ਫਿਰ ਮੈਂ ਚੀਜ਼ ਆ ਕੇ ਦੇਖੀ ਮੈਂ ਕਿਤੇ $150 ਦੀ ਹੋਵੇ ਆਪਣੇ ਚੈੱਕ ਦਾ ਕੰਮ ਸਾਰਾ ਸ਼ਾਪਿੰਗ ਸੈਂਟਰ ਘੁੰਮ ਲਿਆ ਸੀਗਾ ਇੰਦਰ ਉਹਨਾਂ ਨੇ ਕਿਤੇ ਮਾਰ ਨਹੀਂ ਖਾਧੀ ਆਉਂਦੇ ਹੋਏ ਬਸ ਮੋੜ ਜੇ ਤੇ ਮਾਰ ਖਾ ਗਏ $93 ਲਾਤੇ ਮੇਰੇ ਵੀਰੇ ਇਸ ਸ਼ੌਪ ਤੇ ਬਟ ਮੈਂ ਲਈ ਜ਼ਰੂਰੀ ਚੀਜ਼ ਆ ਕਿਉਂਕਿ ਹੁਣ ਪੇਸਟ ਵੀ ਆਪਣਾ ਮੁੱਕਣ ਵਾਲਾ ਤੇ ਮੈਂ ਸੁਣਿਆ ਸੀਗਾ ਕਹਿੰਦੇ ਵੀ ਪੇਸਟ ਐਦਾਂ ਦੀ ਚੀਜ਼ ਆ ਜਿਹੜਾ ਤੁਹਾਨੂੰ ਨੈਚੁਰਲੀ ਵਰਤਣਾ ਚਾਹੀਦਾ ਲਓ ਜੀ ਕਿਹੜਾ ਕੇਕ ਲਾਉਂਗੇ ਆ ਸੋਹਣਾ ਬੜੇ ਹੈਪੀ ਬਰਥਡੇ ਲਿਖਿਆ ਤਾ ਉਹ ਤਾਂ ਚੱਕ ਦੇਣਗੇ ਯੈਸ ਬਿਊਟੀਫੁਲ ਥੈਂਕ ਯੂ ਕੇਕ ਆਪਾਂ ਲੈ ਲਿਆ ਹੁਣ ਆਪਾਂ ਚੱਲੇ ਕਿਰਨ ਉਹਨਾਂ ਦੇ ਬੇਬੀ ਗਰਲ ਨੂੰ ਦੇਖਣ ਗਏ ਤਾਂ ਸੀ ਕੱਲ ਲਫਾਫਾ ਲੈਣ ਸੀਗੇ ਇੱਕ ਆਈਫੋਨ ਦੇਖਣ ਗਏ ਸੀਗੇ ਬਟ ਪਰ ਇੰਦਰ ਨੂੰ ਲੱਗਿਆ ਕਿ ਮੈਂ ਕਿਤੇ ਹੋਰ ਵੀ ਚੱਲ ਜਾ ਤੇ ਆ ਸਮਾਨ ਵੀ ਲਿਆਵਾਂ ਆਹਾ ਤੇ ਆਹਾ ਤੁਹਾਨੂੰ ਇਹ ਸ਼ੌਪ ਤੋਂ ਦਿਖਾਉਣੇ ਅਸੀਂ ਕੀ ਕੀ ਲੈ ਕੇ ਆਇਆ ਚਲੋ ਇੱਕ ਤਾਂ ਅਸੀਂ ਲੈ ਗਏ ਆ ਸਾਬਣ ਸਾਬਣ ਇਹ ਐਕਸਫੋਲੀਏਟਿੰਗ ਹੈ ਪੋਲਿਸ਼ ਬਾਰ ਇੱਕ ਆ ਲਈ ਆ ਇਹ ਮਹਿੰਗੀ ਆ ਇਹ ਹੇਅਰ ਜੈਲ ਲਈ ਆ ਓਕੇ ਤੇ ਇੱਕ ਲਿਆ ਟੁੱਥਪੇਸਟ ਇਹ $19 ਦੀ ਆ ਆਲ ਟੁਗੇਦਰ $93 ਲੱਗ ਗਿਆ ਆਪਣੇ ਬਾਕੀ ਇਹਨਾਂ ਨੇ ਆ ਦੇਤੇ ਸੈਂਪਲ ਸੈਂਪਲ ਜੇ ਦਿੱਤੇ ਵੀ ਜੇਕਰ ਆ ਕੇ ਤੁਹਾਨੂੰ ਵਧੀਆ ਲੱਗਿਆ ਕੁਝ ਲਾ ਕੇ ਨਾ ਫਿਰ ਆ ਜਾਓ ਫਿਰ ਦੁਬਾਰਾ ਟੀਕਾ ਲਵਾ ਜਾਓ ਸਾਬਣ ਘੈਂਟਾ ਉਹ ਪਹੁੰਚ ਗਈ ਮਾਸੀ ਕੱਪੜੇ ਕੁੱਪੜੇ ਲੈ ਕੇ ਕਿਊਟ ਵਾਲੀ ਆ ਬਾਲੀ ਜਿਆਦਾ ਕਿਊਟ ਆ ਬੇਸ਼ੱਕ ਦੀ ਅਸੀਂ ਜਾਣੇ ਬੰਦ ਕੀਤਾ ਨਾ ਪਹਿਲਾਂ ਦੋ ਕੀ ਤਰ੍ਹਾਂ ਦੇ ਸੀ ਗੁਰਸੇਜ ਦਾ ਵੀ ਹਾਂ ਬਹੁਤ ਸੋਹਣਾ ਮਿਲ ਅੱਛਾ ਵੀ ਉੱਥੋਂ ਹੀ ਲੱਕੀਲੀ ਮਿਲ ਜਾਂਦਾ ਕਈ ਵਾਰੀ ਹੁੰਦੇ ਨਹੀਂ ਏਦਾਂ ਦੇ ਬਹੁਤ
ਵੈਲਕਮ ਖੁਸ਼ ਹੋ ਗਈ ਆ ਨਾ ਅਸੀਂ ਕੇਕ ਲੈ ਕੇ ਆਏ ਥੈਂਕ ਯੂ ਆਰਡਰ ਵੀ ਥੈਂਕ ਯੂ ਮਾਸ਼ੀ ਬਲੂ ਚਿੰਦਰ ਕਿੰਨੇ ਕਿਊਟ ਲੱਗ ਰਹੇ ਤੁਸੀਂ ਵੜ ਕੇ ਕਿਵੇਂ ਫੜਿਆ ਮਾਸ਼ੂ ਨੇ ਹੁਣ ਠੀਕ ਹੈ ਨਾ ਹੁਣ ਠੀਕ ਆ ਪਹਿਲਾਂ ਤਾਂ ਮੈਨੂੰ ਸਾਹ ਚੜਿਆ ਪਿਆ ਸੀ ਔਖਾ ਸੀ ਮੈਂ ਇੱਕ ਆਏ ਦੇ ਚਾਹ ਸੀ ਮਾਸ਼ੀ ਕਿ ਥੈਂਕ ਯੂ ਮਾਸ਼ੀ ਮਾਸ਼ੂ ਜੀ ਥੈਂਕ ਯੂ ਸੋ ਕਿਰਨ ਦੇ ਘਰ ਗਏ ਸੀਗੇ ਅਸੀਂ ਐਂਡ ਮਾਸੀ ਜੀ ਪਹਿਲਾਂ ਵੀ ਆਏ ਸੀ ਕਿਰਨ ਦੇ ਮੰਮਾ ਤੇ ਰਿੱਕੀ ਵੀਰ ਦੇ ਮੰਮਾ ਹੁਣ ਆਏ ਹੋਏ ਨੇ ਤੇ ਉਹ ਦੋਨੋਂ ਹੀ ਗਿਫਟਸ ਲੈ ਕੇ ਆਏ ਸੀਗੇ ਸੋ ਮੇਰੇ ਲਈ ਬਹੁਤ ਪਿਆਰੀ ਜੀ ਜੁੱਤੀ ਲੈ ਕੇ ਆਏ ਨੇ ਵਾਓ ਤੇਰੇ ਕੋਲ ਹੈ ਵੀ ਨਹੀਂ ਨਾ ਰੈੱਡ ਮੇਰੇ ਕੋਲ ਰੈੱਡ ਨਹੀਂ ਆ ਮੇਰੇ ਕੋਲ ਇਹ ਚ ਲੈਵੈਂਡਰ ਹੈ ਇੱਕ ਹੋਰ ਬ੍ਰਾਊਨਿਸ਼ਟ ਕਲਰ ਆ ਬਟ ਆ ਬੜਾ ਸੋਹਣਾ ਲੱਗਿਆ ਮੈਨੂੰ ਰੈੱਡ ਕਲਰ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਤੇ ਇੱਕ ਉਹ ਨਾ ਕੁੜਤੇ ਲੈ ਕੇ ਆਏ ਨੇ ਵਾਓ ਬਹੁਤ ਪਿਆਰਾ ਹਾਂ ਬਹੁਤ ਸੋਹਣੇ ਕੁੜਤੇ ਨੇ ਸੋ ਮੇਰੇ ਲਈ ਅਨੂ ਲਈ ਤੇ ਸਮਤਲ ਸਾਡੇ ਲਈ ਕੁੜਤੇ ਲੈ ਕੇ ਆਏ ਨੇ ਨਾਈਸ ਐਂਟਰੈਂਸ ਫੈਸ਼ਨ ਬੁਟੀਕ ਮਾਹਿਬ ਸਾਡੇ ਫੋਟੋਗ੍ਰਾਫਰ ਚਲੋ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਕਾਰਜਕ੍ਰਮ ਬਹੁਤ ਸੋਹਣੇ ਸੋਹਣੇ ਆਊਟਫਿਟਸ ਨੇ ਬਈ ਮੈਂ ਦੇਖੋ ਕਿੱਦਾਂ ਜਾ ਰਹੀ ਹਾਂ ਇੱਧਰ ਮੂਆ ਜੀ ਕੈਮਰਾਮੈਨ ਬਣ ਚੁੱਕੇ ਨੇ ਆਈ ਲਵ ਇਹਨਾਂ ਦੇ ਡੈਕੋਰ ਬਾਲਾ ਘੈਂਟ ਹੁੰਦਾ ਏ ਰੋ ਪੜੋ ਪਗਲੀ ਸਾਰਿਆਂ ਦੀ ਮਿਹਨਤ ਡੈਕੋਰ ਘੈਂਟ ਹੁੰਦੇ ਆ ਬਟ ਯਾਰ ਇੰਨੇ ਬਿਮਾਰ ਆ ਵਿਚਾਰੇ ਫੇਰ ਵੀ ਆਏ ਨੇ ਬਟ ਮੈਂ ਕਹਿਣਾ ਚਾਹੁੰਦੀ ਕਿ ਸਾਰੀਆਂ ਕੁੜੀਆਂ ਅੱਜ ਧੂਮਾ ਪਾ ਰਹੀਆਂ ਰਲ ਕੇ ਹਾਂ like woman power ਮੂੰਹ ਮਿੱਠਾ ਕਰੋ ਨਹੀਂ ਨਹੀਂ ਬੇਸਨ ਦਾ ਨਹੀਂ ਹੈ ਪੂਰਾ ਖਾਣਾ ਪੈਣਾ ਵੱਡੀ ਖੁਸ਼ਖਬਰੀ ਹੈ ਪੂਰਾ ਖਾਣਾ ਪੈਣਾ ਕੰਗ੍ਰੈਚੁਲੇਸ਼ਨਸ ਪੁੱਛੋ ਤਾਂ ਸਹੀ ਕੀ ਹੈ ਅਸੀਂ ਇੰਡੀਆ ਚੱਲੇ ਆ ਹਮਾਰੇ ਫਰੈਂਡਸ ਕੇ ਬੇਬੀ ਗਰਲ ਹੋਈ ਆ ਉਹਦੀ ਖੁਸ਼ੀ ਚ ਲਿਆਂਦਾ ਧੰਨਵਾਦ ਧੰਨਵਾਦ ਸੋਹਣੇ ਆ ਸਮਥਿੰਗ ਡਿਫਰੈਂਟ ਦੀਦੀ ਨੇ ਹਮੇਸ਼ਾ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਉਂਦੇ ਆ ਚੀਜ਼ਾਂ ਇਹਨਾਂ ਦੀ ਜੁਗਲਰੀ ਉਹ ਵਾਹ 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 ਜਸ ਡਿਜ਼ਾਈਨਸ ਗੋਡੇ ਲੁੱਕ ਟੂ ਹਾਂ ਜੀ
इसकी बहुत जरूरत थी हमें खाने की। ये आ गया है, ये है लुक नंबर 3, लव इट। सेटअप भी रेडी है। लव जी ये अपनी लास्ट फाइनल लुक ਸਿੱਧੀ ਲੋਹਾ ਪੰਜਾਬ ਚ ਵਿਕਣੋ ਨੀ ਹਟਦਾ, ਮਿਸਤਰੀਆਂ ਦੀ ਪੂਰੀ ਚਾਂਦੀ ਹੈ। ਉਹ ਉੱਧਰ ਵੱਡੀਆਂ ਵੱਡੀਆਂ ਸਟਾਲਾਂ, ਵੱਡੇ ਵੱਡੇ ਸੰਦ ਖੜੇ ਨੇ ਜੀ। ਕੋਈ ਗੁਜਰਾਤ ਦਾ ਗਰੁੱਪ ਦੇਖੋ ਉਰੇ ਆ ਕੇ ਨਵੈਸ਼ ਲਾ ਰਿਹਾ ਜੀ, ਬਹੁਤ ਵੱਡੀ ਗੱਲ ਹੈ। ਪੰਜਾਬੀਆਂ ਨੂੰ ਗੁਜਰਾਤੀਆਂ ਦਾ ਕੁਛ ਸਿੱਖਣਾ ਚਾਹੀਦਾ, ਚੰਗੀ ਗੱਲ ਹੈ ਜਿਹੜੀ ਬਿਜ਼ਨਸ ਕਰਨਾ। ਆ ਯੂਨੀਵਰਸਿਟੀ ਦੀ ਜਿਹੜੀ ਫਲਾਂ ਸਬਜ਼ੀਆਂ ਵਾਲੀ ਸਟਾਲ ਹੈ, ਰਾਣੀਆਂ ਬੇਬੇ ਬਾਪੂ ਕਹਿੰਦੇ ਧਾਰ ਚੋਣੋਂ ਹਟ ਗਏ। ਉੱਧਰ ਸਾਹਮਣੇ ਧਾਰ ਕੱਢਣ ਵਾਲੀ ਮਸ਼ੀਨ ਹੈ ਜਿਹੜੀ, ਉਹਨਾਂ ਦੀ ਨਮਾਇਸ਼ ਲੱਗੀ ਹੋਈ ਹੈ ਜੀ। ਉਹ ਉੱਧਰ ਸਾਹਮਣੇ ਸਪਰੇਅ ਵਾਲੇ ਪੰਪ, ਨਵੇਂ ਟਰੈਕਟਰ ਜੀ ਆਇਆਂ ਨੂੰ ਟੋਟਾ ਵੱਲੋਂ। ਮੇਰੇ ਵੀਰਿਓ ਮੁਰਗੀਆਂ ਦਾ ਰੇਹ ਹੁਣ ਪੈਕਟਾਂ 'ਚ ਮਿਲਣ ਲੱਗ ਗਿਆ, ਮੁਰਗੀ ਕੰਪੋਸਟ, ਇਹੀ ਤਰੀਕਾ ਮਾਰਕੀਟਿੰਗ ਦਾ, ਪੈਕਿੰਗ। ਆ ਭੈਣ ਵੀ ਵੈਟਰਨਰੀ ਦੀਆਂ ਦਵਾਈਆਂ ਵੇਚ ਰਹੀ ਆ, ਅੰਡੇ ਟੀਂਡੇ। ਲਓ ਜੀ ਆਹ ਦੁਕਾਨ ਤੋਂ ਮਿਲ ਰਿਹਾ ਘੋੜਿਆਂ ਦਾ, ਕੁੱਤਿਆਂ ਦਾ, ਮੱਝਾਂ ਦਾ, ਗਾਵਾਂ ਦਾ ਹਾਰ ਸ਼ਿੰਗਾਰ ਦਾ ਸਮਾਨ, ਅਸੈਸਰੀਜ਼ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ। ਵੀ ਲੈਣ ਨੂੰ ਕਿਸਾਨ ਵੀਰ ਲੱਗੇ ਹੋਏ ਨੇ ਲਾਈਨਾਂ 'ਚ। ਫਲਾਂ ਵਾਲੀ ਟਰਾਲੀ ਵੀ ਆ ਗਈ ਹੋਈ ਜਿਹੜੇ ਫਲ ਖੋਜ ਕੇਂਦਰ ਹੈ ਬਹਾਦਰਗੜ੍ਹ। ਆਹ ਜਿਹੜੇ ਝੋਨੇ ਦੇ ਬੀਜਾਂ ਦੀਆਂ ਨਮਾਇਸ਼ਾਂ ਦੇ ਫਾਰਮੇ ਲਾਏ ਗਏ ਨੇ, ਕਿਸਾਨ ਵੀਰ ਜਿਹੜੇ ਨਵੇਂ ਬੀ ਆਏ ਨੇ ਉਹਨਾਂ ਦੇ ਟ੍ਰਾਇਲ ਜਿਹੜੇ ਲੱਗੇ ਹੋਏ ਦੇਖ ਸਕਦੇ ਨੇ ਵੱਖ ਵੱਖ।